ਸਤਿ ਸ਼੍ਰੀ ਅਕਾਲ ਜੀ। ਇਹ ਸਾਡੇ ਪੇਸ਼ੈਂਟ ਨੇ ਜੀ ਯੋਗਿਤਾ ਵੈਭਵ ਸ਼ਾਮਲਾ। ਇਹ ਜੀ ਸੰਗਰੂਰ ਸਿਟੀ ਤੋਂ ਬਿਲੋਂਗ ਕਰਦੇ ਨੇ। ਇਹਨਾਂ ਦੇ ਵਿਆਹ ਨੂੰ 15 ਸਾਲ ਦਾ ਸਮਾਂ ਹੋ ਚੁੱਕਿਆ ਤੇ ਇਹਨਾਂ ਦੇ ਕੋਈ ਵੀ ਬੱਚਾ ਨਹੀਂ ਹੈ। ਇਹਨਾਂ ਨੇ ਕਾਫੀ ਜਗ੍ਹਾ ਤੋਂ ਬੱਚੇ ਦੀ ਜਿਹੜੀ ਉਹ ਮੈਡੀਸਨ ਖਾਧੀ। ਸੰਗਰੂਰ ਦੇ ਸਾਰੇ ਸ਼ਹਿਰ ਜਿੰਨੇ ਵੀ ਹਸਪਤਾਲ ਨੇ ਸਾਰੇ ਹਸਪਤਾਲਾਂ 'ਚੋਂ ਇਹਨਾਂ ਨੇ ਬੱਚੇ ਦੀ ਦਵਾਈ ਖਾਧੀ ਤੇ ਚੰਡੀਗੜ੍ਹ ਤੋਂ ਵੀ ਇਹਨਾਂ ਨੇ ਬੱਚੇ ਦਾ ਜਿਹੜਾ ਟ੍ਰੀਟਮੈਂਟ ਲਿਆ, ਪਰ ਕਿਤੋਂ ਵੀ ਇਹਨਾਂ ਨੂੰ ਬੱਚੇ ਦੀ ਜਿਹੜੀ ਆ ਸਫਲਤਾ ਨਹੀਂ ਮਿਲੀ। ਜਿੱਥੇ ਕਿ ਇਹਨਾਂ ਨੇ ਪਹੁੰਚ ਕੇ ਆਪਣਾ ਇਲਾਜ ਸ਼ੁਰੂ ਕੀਤਾ ਤੇ ਬੜੇ ਵਧੀਆ ਢੰਗ ਨਾਲ ਡਾਕਟਰ ਸੁਮਿਤਾ ਸੂਫਰ ਜੀ ਨੇ ਇਹਨਾਂ ਦਾ ਇਲਾਜ ਕੀਤਾ। ਉਸ ਤੋਂ ਬਾਅਦ ਜੀ ਇਹਨਾਂ ਦੀ ਮਿਸਿਜ਼ ਤੇ ਜਿਹੜਾ ਬੱਚਾ ਠਹਿਰ ਗਿਆ ਸੀ, ਪ੍ਰੈਗਨੈਂਸੀ ਜਿਹੜੀ ਆ ਪੋਜ਼ਿਟਿਵ ਆ ਗਈ ਸੀ ਤੇ ਹੁਣ ਜੀ ਇਹਨਾਂ ਨੂੰ 7ਵਾਂ ਮਹੀਨਾ ਲੱਗਿਆ ਹੋਇਆ। ਪੇਸ਼ੈਂਟ ਤੇ ਬੱਚਾ ਦੋਵੇਂ ਬਿਲਕੁਲ ਠੀਕ ਨੇ ਤੇ ਇਹ ਦੋਵੇਂ ਹਸਬੈਂਡ ਵਾਈਫ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਡਾਕਟਰ ਸੁਮਿਤਾ ਸੂਫਰ ਜੀ ਦਾ ਤੇ ਉਹਨਾਂ ਦੇ ਹਸਪਤਾਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ।